Hello and welcome to the Moonstars channel. Please click on subscribe button to subscribe our channel and click on bell icon for more updates about our channel. Algoze ek lok saaj da naam hai. Is saaj di varto Punjabi, Sindhi, Rajasthani ate Baloch lok gawaiyan ne kaafi kiti si. Eh bansriyan di ik jodi varge lagde han. Eh saaj halke bans di pori to tyar kita janda hai. ਪੋਰੀ ਦੇ ਇੱਕ ਸਿਰੇ ਤੋਂ ਬਾਂਸ ਨੂੰ ਤਿਰਛਾ ਤਰਾਸ਼ਿਆ ਜਾਂਦਾ ਹੈ ਅਤੇ ਉਸ ਤੇ ਫੂਕ ਮਾਰਨ ਲਈ ਸਥਾਨ ਬਣਾਇਆ ਜਾਂਦਾ ਹੈ ਇਸ ਜਗ੍ਹਾ ਰੀਡ ਲਗਾਇਆ ਜਾਂਦਾ ਹੈ ਜਿਸ ਨੂੰ ਕਿ ਲੱਕੜੀ ਦਾ ਛੋਟਾ ਜਿਹਾ ਗਟਕਾ ਵੀ ਕਹਿ ਸਕਦੇ ਹਾਂ ਜਿਸ ਵਿੱਚ ਫੂਕ ਮਾਰਨ ਨਾਲ ਆਵਾਜ਼ ਉਤਪੰਨ ਹੁੰਦੀ ਹੈ ਬਾਕੀ ਪੋਰੀ ਦੇ ਉੱਪਰਲੇ ਹਿੱਸੇ ਤੇ ਕੁਝ ਸੁਰਾਖ ਕੀਤੇ ਜਾਂਦੇ ਹਨ ਜਿਨ੍ਹਾਂ ਉੱਪਰ ਉਂਗਲਾਂ ਨੂੰ ਰੱਖ ਕੇ ਸੁਰ ਅਲਾਪੇ ਜਾ ਸਕਦੇ ਹਨ ਇਸ ਸਾਜ ਦੀ ਲੰਬਾਈ 30 ਤੋਂ 30 ਸੈਂਟੀਮੀਟਰ ਤੱਕ ਹੁੰਦੀ ਹੈ ਅਲਗੋਜ਼ੇ ਦੀਆਂ ਦੋਹੇ ਬਾਂਸਰੀਆਂ ਨੂੰ ਮੂੰਹ ਵਿੱਚ ਪਾ ਕੇ ਫੂਕ ਮਾਰੀ ਜਾਂਦੀ ਹੈ ਅਤੇ ਦੋਹਾਂ ਹੱਥਾਂ ਦੀਆਂ ਉਂਗਲਾਂ ਸੁਰਾਖਾਂ ਉੱਪਰ ਰੱਖ ਕੇ ਉਸ ਦੇ ਸੁਰ ਅਲਾਪੇ ਜਾਂਦੇ ਹਨ ਆਮ ਤੌਰ 'ਤੇ ਲੰਮੀ ਹੇਕ ਲਾਉਣ ਵਾਲੇ ਲੋਕ ਗਾਇਕ ਅਲਗੋਜ਼ਿਆਂ ਦੀ ਵਰਤੋਂ ਕਰਦੇ ਸਨ ਪੰਜਾਬੀ ਦੇ ਬਹੁਤ ਸਾਰੇ ਲੋਕ ਗੀਤਾਂ ਵਿੱਚ ਵੀ ਅਲਗੋਜ਼ਿਆਂ ਦਾ ਜ਼ਿਕਰ ਆਉਂਦਾ ਹੈ ਜਿਵੇਂ ਕਿ ਅਲਗੋਜ਼ਾ ਵੱਜਦਾ ਪੱਤਣੇ ਨੀ ਮੇਰਾ ਮਨ ਲੱਗਦਾ ਕੱਤਣੇ ਨੀ ਅਲਗੋਜ਼ਾ ਵੱਜਦਾ ਪੱਤਣੇ ਨੀ ਮੇਰਾ ਮਨ ਲੱਗਦਾ ਕੱਤਣੇ ਨੀ ਤਾਂ ਅੱਜ ਦਾ ਜਿਹੜਾ ਸਾਡਾ ਸ਼ਬਦ ਸੀ ਉਹ ਸੀ ਅਲਗੋਜ਼ੇ ਤਾਂ ਜੋ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹੀਏ ਧੰਨਵਾਦ